ਬਹੁਤ ਸਾਰੀ ਦੁਨੀਆ ਪਤਾ ਕੀ ਕਹਿੰਦੀ ਹੈ, ਮੇਰਾ ਗਾਉਣਾ ਕੁਛ ਲੱਗਦਾ ਰਹਿੰਦਾ, ਗਾਉਂਦੀ ਦੁਨੀਆ ਮੈਂ ਸਭ ਦਾ ਸਤਿਕਾਰ ਕਰਦਾ, ਉਹ ਮੇਰੇ ਤੋਂ ਵੱਡੇ ਹੋ ਸਕਦੇ ਆ, ਪਰ ਸੱਚੀ ਗੱਲ ਕੋਈ ਨਹੀਂ ਕਹਿੰਦਾ, ਲੋਕ ਡਰਦੇ ਆ। ਓਏ ਭਲੇ ਲੋਕੋ, ਆ ਕਿਹੜੇ ਚੱਕਰਾਂ 'ਚ ਪੈ ਗਿਆ ਹਿੰਦੂ ਮੁਸਲਿਮ ਸਿੱਖ ਈਸਾਈ ਦੇ ਚੱਕਰਾਂ 'ਚ, ਉਹ ਅਲੱਗ 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 ਸੂਰਤਾਂ ਦੇ ਵਿੱਚ ਜ਼ਰੂਰ ਇਸ ਦੁਨੀਆ 'ਤੇ ਅਵਤਾਰ ਹੋਏ ਆ, ਪਰ ਗੱਲ ਇੱਕੋ ਹੀ ਹੈ। ਕਿੱਦਾਂ ਮੈਨੂੰ ਕਿਸੇ ਨੇ ਕਿਹਾ ਵੀ ਤੂੰ ਕਿਸ ਨੂੰ ਮੰਨਦਾ, ਤੂੰ ਸ਼੍ਰੀ ਗੁਰੂ ਰਵਿਦਾਸ ਨੂੰ ਮੰਨਦਾ ਜੇ ਸ਼ਾਇ ਬਾਬੇ ਨਾਨਕ ਨੂੰ ਮੰਨਦਾ, ਸੁਣਿਓ ਮੇਰਾ ਜਵਾਬ ਕੀ ਸੀ। ਮਾਂ ਮੇਰੀ ਨੇ ਆਖੀ ਗੱਲ ਤੇ ਮੈਨੂੰ ਕਹਿਣ ਦੇ ਵਿੱਚ ਕੋਈ ਹਰਫ ਨਹੀਂ ਲੱਗਦਾ, ਮਾਂ ਮੇਰੀ ਨੇ ਆਖੀ ਗੱਲ ਤੇ ਮੈਨੂੰ ਕਹਿਣ ਦੇ ਵਿੱਚ ਕੋਈ ਹਰਫ ਨਹੀਂ ਲੱਗਦਾ, ਉਹ ਮੈਨੂੰ ਬਾਬੇ ਨਾਨਕ ਤੇ ਗੁਰੂ ਰਵਿਦਾਸ ਵਿੱਚ ਕੋਈ ਫਰਕ ਨਹੀਂ ਲੱਗਦਾ। ਆਪਸ ਵਿੱਚ ਇੱਕ ਗੱਲ ਕਹਿ ਗਏ ਨੇ, ਮਿਲ ਕੇ ਰਹੋ ਇਸ ਜੇ ਇੱਕ ਗੱਲ ਕਹਿ ਗਏ ਨੇ, ਮਿਲ ਕੇ ਰਹੋ ਆਪਸ ਵਿੱਚ ਗੱਲ ਕਹਿ ਗਏ ਨੇ। ਇਹਨਾਂ ਲੋਕਾਂ ਦੀਆਂ ਗੱਲਾਂ ਵਿੱਚ, ਅੱਜ ਕੱਲ੍ਹ ਦੇ ਲੋਕਾਂ ਦੀਆਂ ਗੱਲਾਂ ਵਿੱਚ ਮੈਨੂੰ ਕੋਈ ਤਰਕ ਨਹੀਂ ਲੱਗਦਾ, ਮੈਨੂੰ ਬਾਬੇ ਨਾਨਕ ਤੇ ਗੁਰੂ ਰਵਿਦਾਸ ਵਿੱਚ ਕੋਈ ਫਰਕ ਨਹੀਂ ਲੱਗਦਾ। ਮੈਂ ਹਰਿਆਣੇ ਤੋਂ ਆ, ਕੈਥਲ ਡਿਸਟ੍ਰਿਕਟ ਤੋਂ, ਮੈਂ ਪੰਜਾਬੀ ਪ੍ਰੋਪਰ ਇੱਧਰ ਆ ਕੇ ਸਿੱਖੀ ਹੈ। ਪਹਿਲੇ ਅਸੀਂ ਬੋਲਦੇ ਸੀ ਕਿਆ ਹਾਲ ਬਾਈ, ਠੀਕ ਹੈ, ਅਰੇ ਵਧੀਆ ਬਾਈ, ਥਾਂ ਪਤਾ ਬਾਈ, ਘਰ ਪਰਿਵਾਰ ਠੀਕ ਸਹਿ, ਘਰ ਮਸਾ ਪਰਿਵਾਰ ਠੀਕ ਹੈ ਨਹੀਂ, ਇੱਧਰ ਆ ਕੇ ਪੰਜਾਬੀ ਸਿੱਖ ਲਈ। ਯੂਨੀਵਰਸਿਟੀ ਪੜ੍ਹਦੇ ਸੀ, ਰੱਬ ਰੂਪ ਸਾਈਂ ਸੁਰਿੰਦਰ ਸ਼ਾਹ ਸਰਕਾਰ ਮਿਲ ਗਏ। ਮੈਂ ਕਹਿੰਦਾ, ਮੈਂ ਕੋਈ ਗੱਲ ਕਹਿੰਦਾ ਹੋਣਾ ਕਿ ਇਹ ਕਲਮ ਕਲਮ ਕਾ ਫਰਕ ਹੈ, ਕੋਈ ਕੁਛ ਲਿਖਤਾ ਹੈ ਕੋਈ ਕੁਛ ਲਿਖਤਾ ਹੈ, ਇਹ ਕਲਮ ਕਲਮ ਕਾ ਫਰਕ ਹੈ, ਕੋਈ ਕੁਛ ਲਿਖਤਾ ਹੈ ਕੋਈ ਕੁਛ ਲਿਖਤਾ ਹੈ, ਇਹ ਆਪਣੀ ਆਪਣੀ ਨਜ਼ਰ ਕਾ ਅੰਦਾਜ਼ ਹੈ, ਕਿਸੇ ਕੋ ਜੋਰਾਜ ਸਾਈਂ ਦਿਖਤਾ ਹੈ ਕਿਸੇ ਕੋ ਸੁਰਿੰਦਰ ਸਾਈਂ ਦਿਖਤਾ ਹੈ। ਮੇਰੀ ਨਜ਼ਰ ਨਾਲ ਦੇਖੋ, ਮੇਰਾ ਸਾਈਂ ਬੈਠਾ ਹੈ, ਕਿਉਂਕਿ ਮੈਂ ਪਹਿਲੇ ਕਿਹਾ ਕਿ ਮੈਨੂੰ ਫਰਕ ਨਹੀਂ ਲੱਗਦਾ ਕਿਸੇ 'ਚ, ਅਤੇ ਮੇਰਾ ਸਾਈਂ ਜਦੋਂ ਮੈਨੂੰ ਮਿਲਿਆ, ਮੇਰੀ ਸੋਚਣੀ ਹੈ, ਮੇਰੀ ਮੇਰਾ ਆਪਣਾ ਅਕੀਦਾ ਮੰਨਣਾ ਹੈ, ਸਾਈਂ ਜੀ ਮੈਨੂੰ ਕਹਿੰਦੇ ਹੋਣਗੇ ਮੇਰੇ ਪਿੱਛੇ ਐਵੇਂ ਪੈਟਰੋਲ ਫੂਕ ਕੇ ਤਾਂ ਤੈਨੂੰ ਕੀ ਮਿਲਦਾ, ਮੇਰੇ ਪਿੱਛੇ ਐਵੇਂ ਪੈਟਰੋਲ ਫੂਕ ਕੇ ਤਾਂ ਤੈਨੂੰ ਕੀ ਮਿਲਦਾ, ਮੇਰੇ ਪਿੱਛੇ ਐਵੇਂ ਪੈਟਰੋਲ ਫੂਕ ਕੇ ਮੈਂ ਤੈਨੂੰ, ਅਤੇ ਮੈਂ ਕੀ ਕਿਹਾ, ਪਿੰਡ ਛੱਡ ਚੰਡੀਗੜ੍ਹ ਲੈ ਲੈ ਦਾਖਲੇ ਵੇ ਇੱਕ ਤੇਰੇ ਕਰਕੇ, ਪਿੰਡ ਛੱਡ ਚੰਡੀਗੜ੍ਹ ਲੈ ਲੈ ਦਾਖਲੇ ਉਹ ਇੱਕ ਤੇਰੇ ਕਰਕੇ, ਪਿੰਡ ਛੱਡ ਚੰਡੀਗੜ੍ਹ ਲੈ ਲੈ ਦਾਖਲੇ ਉਹ ਇੱਕ ਤੇਰੇ ਕਰਕੇ, ਪਿੰਡ ਛੱਡ ਚੰਡੀਗੜ੍ਹ ਲੈ ਲੈ ਦਾਖਲੇ ਉਹ ਸਾਈਆਂ ਤੇਰੇ ਕਰਕੇ।
ਮੰਨਿਆ ਕਿਤੇ ਇੱਕ ਰੱਬੀ ਰੂਹ ਨੂੰ ਪਾ ਲਿਆ, ਮਿਲਿਆ ਕੀ, ਕੌਣ ਮਿਲਿਆ? ਮੈਂ ਆਪਣੀ ਮਾਂ ਨੂੰ ਕੀ ਕਿਹਾ ਸੁਣ ਕੇ ਜਰਾ, ਐਸਾ ਮਿਲਿਆ ਫਕੀਰ ਨੀ ਮਾਏ ਮੈਨੂੰ, ਐਸਾ ਮਿਲਿਆ ਫਕੀਰ, ਐਸਾ ਮਿਲਿਆ ਫਕੀਰ ਨੀ ਮਾਏ ਮੈਨੂੰ, ਐਸਾ ਮਿਲਿਆ ਫਕੀਰ, ਐਸਾ ਮਿਲਿਆ ਫਕੀਰ ਨੀ ਮਾਏ ਮੈਨੂੰ, ਐਸਾ ਮਿਲਿਆ ਫਕੀਰ, ਐਸਾ ਮਿਲਿਆ ਫਕੀਰ ਨੀ ਮਾਏ ਮੈਨੂੰ, ਐਸਾ ਮਿਲਿਆ ਫਕੀਰ, ਰੱਬ ਦੀ ਗੱਲ ਇਹਦੀ ਟਾਲ ਨਹੀਂ ਸਕਦਾ। ਗੱਲ ਸੁਣ ਲਿਓ, ਕਹਿੰਦੇ ਰੱਬ ਦਾ ਬੰਨਿਆ ਸੰਗਲਾਂ ਨਾਲ, ਰੱਬ ਦਾ ਬੰਨਿਆ ਸੰਗਲਾਂ ਨਾਲ ਇਹ ਫੱਕਰ ਆਣ ਛੜਾਵੇ, ਓਏ ਫੱਕਰ ਦਾ ਬੰਨਿਆ ਧਾਗੇ ਨਾਲ ਰੱਬ ਕਦੀ ਛੜਾ ਨਾ ਪਵੇ। ਰੱਬ ਮੰਨਦੇ ਆ ਤੂੰ ਦੀਨ ਦੁਨੀਆਂ ਦੀ ਹਸਤੀ ਹੈ, ਪਰ ਫਕੀਰ ਦੀ ਵੀ ਇੱਕ ਹਸਤੀ ਅਲੱਗ ਹੁੰਦੀ ਹੈ। ਜਿੱਥੇ ਫਕੀਰ ਖੜ ਜਾਵੇ ਫਿਰ ਰੱਬ ਨੂੰ ਉਹਦਾ ਭਾਣਾ ਮੰਨਣਾ ਪੈਂਦਾ। ਰੱਬ ਵੀ ਗੱਲ ਇਹਦੀ ਟਾਲ ਨਹੀਂ ਸਕਦਾ, ਇਹਨੇ ਜਿੱਤੇ ਖਿੱਚਦੀ ਲੱਗੀ, ਐਸਾ ਮਿਲਿਆ, ਐਸਾ ਮਿਲਿਆ, ਐਸਾ ਮਿਲਿਆ ਫਕੀਰ ਨੀ ਮਾਏ ਮੈਨੂੰ, ਐਸਾ ਮਿਲਿਆ, ਐਸਾ ਮਿਲਿਆ ਫਕੀਰ ਨੀ ਮਾਏ ਮੈਨੂੰ, ਐਸਾ ਮਿਲਿਆ ਫਕੀਰ, ਐਸਾ ਮਿਲਿਆ ਫਕੀਰ ਨੀ ਮਾਏ ਮੈਨੂੰ, ਐਸਾ ਮਿਲਿਆ ਫਕੀਰ। ਹਰ ਵੇਲੇ ਗੱਲ ਕਰਦਾ ਬਾਬੇ ਨਾਨਕ ਤੇ ਮਰਦਾਨੇ ਦੀ, ਬਾਬੇ ਨਾਨਕ ਤੇ ਮਰਦਾਨੇ ਦੀ, ਨਾਨਕ ਤੇ ਮਰਦਾਨੇ ਦੀ, ਬਾਬੇ ਨਾਨਕ ਤੇ ਮਰਦਾਨੇ ਦੀ, ਕਦੇ ਗੱਲ ਕਰਦਾ ਦਸਮਾਂ ਪਿਤਾ ਦੀ, ਕਦੇ ਆ ਕੁੱਲ ਜ਼ਮਾਨੇ ਦੀ, ਕਦੇ ਆ ਕੁੱਲ ਜ਼ਮਾਨੇ ਦੀ, ਕਦੇ ਆ ਕੁੱਲ ਜ਼ਮਾਨੇ ਦੀ, ਇਹ ਵੀ ਇਹਨੇ ਦੱਸਿਆ ਨੀ ਮਾਏ, ਇਹ ਵੀ ਦੱਸਿਆ ਬਾਬੇ ਨਾਨਕ ਤੋਂ ਵੱਡਾ ਨੀ ਪੀਰ, ਐਸਾ ਮਿਲਿਆ, ਐਸਾ ਮਿਲਿਆ, ਐਸਾ ਮਿਲਿਆ ਫਕੀਰ ਨੀ ਮਾਏ ਮੈਨੂੰ, ਐਸਾ ਮਿਲਿਆ ਫਕੀਰ, ਐਸਾ ਮਿਲਿਆ ਫਕੀਰ ਨੀ ਮਾਏ ਮੈਨੂੰ, ਐਸਾ ਮਿਲਿਆ ਫਕੀਰ, ਓ ਐਸਾ ਮਿਲਿਆ ਫਕੀਰ, ਐਸਾ ਮਿਲਿਆ ਫਕੀਰ, ਓ ਇਹਨਾਂ ਫਕੀਰਾਂ ਦਾ ਰੁਤਬਾ ਪਤਾ ਕੀ ਹੈ, ਇਹਨਾਂ ਦੀ ਗੱਲ ਰੱਬ ਪਤਾ ਨਹੀਂ ਕਿਉਂ ਨਹੀਂ ਮੋੜਦਾ। ਸੁਣ ਕੇ ਜਰਾ, ਮੇਰੀ ਗਿਆਰਵੀਂ ਵਾਲੀ ਸਰਕਾਰ ਆਪਣੇ ਹੁਜਰੇ 'ਚ ਬੈਠੇ ਆ, ਸਰਕਾਰ ਗਿਆਰਵੀਂ ਵਾਲੀ ਹੁਜਰੇ 'ਚ ਬੈਠੇ ਆ, ਪੀਰਾਂ ਦੇ ਪੀਰ, ਉਹਨਾਂ ਸਾਗਰ ਦਰਿਆਵਾਂ ਦੇ ਮਾਲਕ, ਦੁਨੀਆ ਤਾਰਨ ਵਾਲੇ ਪੀਰ, ਖਵਾਜਾ ਬਲੀ ਸਰਕਾਰ, ਖਵਾਜਾ ਬਲੀ ਸਰਕਾਰ ਮਿਲਣ ਵਾਸਤੇ ਆ ਗਏ ਗਿਆਰਵੀਂ ਵਾਲੀ ਸਰਕਾਰ ਨੂੰ, ਸਲਾਮ ਕੀਤਾ, ਅਦਬ ਦਿੱਤਾ, ਬੈਠੇ ਪ੍ਰਸ਼ਾਦਾ ਛਕਿਆ, ਜਲ ਗ੍ਰਹਿਣ ਕੀਤਾ। ਗਿਆਰਵੀਂ ਵਾਲੀ ਸਰਕਾਰ ਕਹਿਣ ਲੱਗੇ ਕਹਿੰਦੇ ਖਵਾਜਾ ਬਲੀ, ਮੁਰਸ਼ਦੇ ਪੀਰ, ਜੇ ਕੋਈ ਤੁਹਾਡੇ ਦਿਲ ਦੀ ਇੱਛਾ ਸਾਨੂੰ ਦੱਸੋ, ਕੋਈ ਇੱਛਾ ਹੋਵੇ। ਖਵਾਜਾ ਬਲੀ ਸਰਕਾਰ ਕਹਿਣ ਲੱਗੇ, ਕਹਿੰਦੇ ਸਾਡੇ ਦਿਲ ਦੀ ਤਮੰਨਾ ਸੀ ਕਵਾਲੀ ਸੁਣਨੀ ਸੀ ਕਿਸੇ ਕਵਾਲ ਤੋਂ,
ਸੁਣਿਓ ਪੀਰ ਹੁੰਦੇ ਕੌਣ ਹੈ, ਗਿਆਰਵੀਂ ਵਾਲੀ ਸਰਕਾਰ ਦਾ ਰੁਤਬਾ ਕੀ ਹੈ। ਇੱਕ ਵਾਰੀ ਗੁੱਗਾ ਯਾਰ ਪੀਰ ਦੇ ਨਾਂ ਤੋਂ ਤਾੜੀ ਲਾਓ, ਬਾਗੜ ਦੇ ਰਾਜੇ ਧਰਤੀ ਜਿਨ੍ਹਾਂ ਨੇ ਧਰਤੀਆਂ ਪਾੜ ਕੇ ਰੱਖ ਦਿੱਤੀਆਂ, ਜਿਨ੍ਹਾਂ ਵਰਗਾ ਪੀਰ ਦੁਨੀਆਂ 'ਤੇ ਪੈਦਾ ਹੋਣਾ ਕਿਸੇ ਵੱਸ ਦੀ ਗੱਲ ਨਹੀਂ ਬਾਬਾ ਜੀ। ਉਹ ਬਾਗੜ ਧਰਤੀ ਦਾ ਰਾਜਾ ਜਿਹੜਾ ਨੌ ਨਾਥਾਂ ਦੇ ਉਹਨਾਂ ਦੇ ਕਚਹਿਰੀਆਂ ਦੇ ਸਾਹਮਣੇ ਆਪਣੀ ਕਚਹਿਰੀ ਲਾ ਕੇ ਬੈਠੇ ਆ। ਜ਼ੋਰਦਾਰ ਤਾੜੀ ਮਾਰੋ, ਗੱਲ ਕਿਹਦੀ ਹੋ ਰਹੀ ਹੈ ਬਾਬੇ। ਉਹ ਗਿਆਰਵੀਂ ਵਾਲੀ ਸਰਕਾਰ ਨੇ ਕਿਹਾ, ਕਹਿੰਦੇ ਕਵਾਲੀ ਸੁਣਨੀ ਹੈ ਜੀ। ਹਾਂਜੀ, ਆਪਣੇ ਮਰੀਦ ਨੂੰ ਬੁਲਾਇਆ, ਕਹਿੰਦੇ ਇੱਧਰ ਜਾ ਕੇ, ਇੱਕ ਕਵਾਲ ਹੈ ਪਿੰਡ ਦੇ ਵਿੱਚ, ਉਹਨੂੰ ਆਵਾਜ਼ ਮਾਰ ਗਿਆ ਵੀ ਤੈਨੂੰ ਗਿਆਰਵੀਂ ਵਾਲੀ ਸਰਕਾਰ ਨੇ ਯਾਦ ਕੀਤਾ। ਉਹ ਗਿਆ, ਅੱਗੇ ਦੇਖਿਆ ਉਹਦੇ ਘਰ ਦੇ ਵਿੱਚ ਵੈਣ ਪੈ ਰਿਹਾ, ਰੋ ਰਹੇ ਆ। ਉਹਨੇ ਪੁੱਛਿਆ, ਕਹਿੰਦੇ ਕੀ ਗੱਲ ਹੋਈ, ਤੁਹਾਡਾ ਕਵਾਲ ਕਿੱਥੇ ਆ? ਕਹਿੰਦੇ ਜੀ ਫੌਤ ਹੋ ਗਿਆ, ਉਹ ਮਰ ਗਿਆ। ਓਏ ਹੋਏ, ਬੜਾ ਮਾੜਾ ਹੋਇਆ ਬਾਬੇ ਨੂੰ, ਭਰਾ ਨੂੰ ਮਾੜਾ ਪਿੱਛੇ ਕਰੋ। ਕਹਿੰਦੇ ਫੌਤ ਹੋ ਗਿਆ। ਜਾ ਕੇ ਗਿਆਰਵੀਂ ਵਾਲੀ ਸਰਕਾਰ ਨੂੰ ਮੁਰੀਦ ਕਹਿਣ ਲੱਗਾ, ਹਜ਼ੂਰ ਜਿਸ ਕਵਾਲ ਨੂੰ ਤੁਸੀਂ ਬੁਲਾਉਣ ਲਈ ਭੇਜਿਆ ਸੀ ਫੌਤ ਹੋ ਗਿਆ, ਮਰ ਗਿਆ, ਉਹਨੂੰ ਤੇ ਕਬਰ ਦੇ ਵਿੱਚ ਵੀ ਦਫਨਾ ਦਿੱਤਾ। ਖਵਾਜਾ ਵਾਲੀ ਸਰਕਾਰ ਕਹਿਣ ਲੱਗੇ, ਕੋਈ ਗੱਲ ਨਹੀਂ, ਹੋਏ ਹੋਏ, ਬੜਾ ਮਾੜਾ ਹੋਇਆ, ਅੱਲਾ ਪਾਕ ਜੰਨਤ ਨਸੀਬ ਕਰੇ। ਪਰ ਕਵਾਲੀ ਸੁਣਨ ਦਾ ਮਨ ਬੜਾ ਸੀ ਅੱਜ। ਗਿਆਰਵੀਂ ਵਾਲੀ ਸਰਕਾਰ ਕਹਿੰਦੇ, ਜੇ ਕਵਾਲੀ ਸੁਣਨ ਦਾ ਮਨ ਸੀ ਫਿਰ ਇਹ ਨਹੀਂ ਹੋ ਸਕਦਾ ਕਿ ਤੇਰੀ ਇੱਛਾ ਪੂਰੀ ਨਾ ਹੋਵੇ। ਆਪਣੇ ਉਸੇ ਮਰੀਦ ਨੂੰ ਬੁਲਾਇਆ, ਗੱਲ ਸੁਣ, ਉਹਦੇ ਪਰਿਵਾਰ ਨੂੰ ਪੁੱਛ ਕਿ ਉਹਨੂੰ ਕਿੱਥੇ ਦਫਨ ਕੀਤਾ ਹੈ। ਉੱਥੇ ਜਾ ਕੇ ਆਵਾਜ਼ ਮਾਰੀ ਕਿ ਤੈਨੂੰ ਗਿਆਰਵੀਂ ਵਾਲੀ ਸਰਕਾਰ ਨੇ ਯਾਦ ਕੀਤਾ। ਘਰੋਂ ਪੁੱਛ ਕੇ ਗਿਆ ਜੀ ਫੌਤ ਹੋਏ ਕਿੱਥੇ ਦਫਨ ਕੀਤਾ, ਫਲਾਣੀ ਜਗ੍ਹਾ, ਹਾਂਜੀ ਕਬਰ ਕਿੱਥੇ ਆ, ਇਹ ਆ ਜੀ। ਕਬਰ ਨੂੰ ਆਵਾਜ਼ ਮਾਰੀ, ਖੜਾ ਹੋਏ ਤੈਨੂੰ ਗਿਆਰਵੀਂ ਵਾਲੀ ਸਰਕਾਰ ਨੇ ਯਾਦ ਕੀਤਾ। ਉੱਠ ਕੇ ਕਬਰ 'ਚੋਂ ਖੜਾ ਹੋ ਗਿਆ। ਆਪਣੇ ਘਰ ਗਿਆ, ਘਰ ਦੇ ਡਰ ਕੇ ਭੱਜਣ ਲੱਗੇ, ਪਤਾ ਨਹੀਂ ਕੋਈ ਭੂਤ ਪ੍ਰੇਤ ਆਤਮਾ ਆ ਗਈ। ਕਹਿੰਦੇ ਨਹੀਂ, ਮੈਨੂੰ ਗਿਆਰਵੀਂ ਵਾਲੀ ਸਰਕਾਰ ਨੇ ਯਾਦ ਕੀਤਾ। ਜਾਂਦੇ ਜਾਂਦੇ ਸਾਜ਼ ਚੱਕ ਕੇ ਕਬਰਸਤਾਨ ਦੇ ਵਿੱਚ ਇਹ ਆਪਣੀ ਮੁਰੀਦਾਂ ਦੀ ਵੀ ਲੱਜ ਰੱਖਦਾ। ਜਾ ਕੇ ਕਬਰਸਤਾਨ ਦੇ ਕੋਲੋਂ ਲੰਘਦਾ ਲੰਘਦਾ ਕਹਿੰਦਾ, ਓਏ ਪੁਰਾਣੇ ਸਜਿੰਦਿਓ, ਜੇ ਤੁਸੀਂ ਵੀ ਜਾਣਾ ਗਿਆਰਵੀਂ ਵਾਲੀ ਸਰਕਾਰ ਦੇ ਦਰਬਾਰ, ਆ ਜਾਓ, ਸਾਨੂੰ ਗਿਆਰਵੀਂ ਵਾਲੀ ਸਰਕਾਰ ਨੇ ਯਾਦ ਕੀਤਾ। ਜਿਹੜੇ ਕਈ ਸਾਲਾਂ ਤੋਂ ਕਮਰਾਂ ਵਿੱਚ ਪਏ ਸੀ ਉਹ ਵੀ ਉੱਠ ਕੇ ਖੜੇ ਹੋ ਗਏ। ਇਹ ਉਹ ਨੇ ਬਾਬਿਓ, ਇਹ ਉਹ ਨੇ ਜਿਹਦੀ ਰੱਬ ਵੀ ਨਹੀਂ ਮੋੜ ਸਕਦਾ, ਖੁਦ ਖੁਦਾ ਨੇ। ਉਹਦੀ ਕਚਹਿਰੀ 'ਚ ਬੈਠੇ ਹੋ ਤੁਸੀਂ ਅੱਜ। ਕਦੇ ਵੀ ਜ਼ਿੰਦਗੀ 'ਚ ਰੋਸਾ ਨਹੀਂ ਕਰਨਾ, ਕਦੇ ਵੀ ਜ਼ਿੰਦਗੀ 'ਚ ਰੋਸਾ ਨਾ ਕਰਿਓ ਕਿ ਮੇਰਾ ਕੰਮ ਨਹੀਂ ਬਣਿਆ, ਮੈਂ ਪੀਰਾਂ ਦੇ ਦਰਬਾਰ 'ਤੇ ਆ ਰਿਹਾ ਸੀ, ਸਵਰਿਆ ਨਹੀਂ ਕੁਛ। ਆਪਣੇ ਅੰਦਰ ਝਾਤੀ ਮਾਰ ਕੇ ਦੇਖਿਓ, ਜਿੰਨਾ ਸਮਾਂ ਹੋ ਗਿਆ ਜੁੜੇ ਨੂੰ। ਓਏ ਬਾਬਿਓ, ਜੇ ਤੁਹਾਡਾ ਬਣਿਆ ਕੁਛ ਨਹੀਂ ਤਾਂ ਤੁਹਾਡਾ ਵਿਕਣ ਵੀ ਕੁਛ ਨਹੀਂ ਦਿੱਤਾ ਸਰਕਾਰ ਨੇ। ਕਿਸਮਤ ਦੇ ਨਾਲ ਮਿਲਦੇ ਇਹ ਸੱਚੀਆਂ ਸਰਕਾਰਾਂ, ਕੋਈ ਜਣਾ ਖਾਣਾ ਥੋੜ੍ਹੀ ਲੈ ਜੂਗਾ ਇਹਨਾਂ ਨੂੰ, ਕੋਈ ਬਾਗ ਦੀ ਮੂਲੀ ਥੋੜ੍ਹੀ ਹੈ। ਸਾਈ ਜੀ ਬਾਟੇ 'ਚ ਚਾਹ ਪੀ ਰਹੇ ਆ, ਤੁਹਾਡੇ 'ਚੋਂ ਕੋਈ ਉੱਠ ਕੇ ਦੱਸੇ ਇਹ ਕਿਉਂ ਰਵਾਇਤ ਚੱਲੀ ਹੈ। ਬਾਪੂ ਗੁਲਾਮ ਸਾਈ ਲਾਡੀ ਸ਼ਾਹ ਸਰਕਾਰ ਬਾਟੇ 'ਚ ਚਾਹ ਪੀਂਦੇ ਆ।
ਬਾਬੂ ਮੁਰਾਦ ਸ਼ਾਹ ਚਾਹ ਬਾਟੇ 'ਚ ਪੀਂਦੇ ਸੀ, ਮੰਡਾਲੀ ਵਾਲੀ ਸਰਕਾਰ ਬਾਟੇ 'ਚ ਚਾਹ ਪੀਂਦੇ, ਭਜਨ ਸ਼ਾਹ ਕਾਦਰੀ ਜੀ ਬਾਟੇ 'ਚ ਚਾਹ ਪੀਂਦੇ ਸੀ, ਬਾਪੂ ਲਾਲ ਬਾਦਸ਼ਾਹ ਸਰਕਾਰ ਬਾਟੇ 'ਚ ਚਾਹ ਪੀਂਦੇ ਸੀ। ਉਸ ਤੋਂ ਪਹਿਲੇ ਦੀਆਂ ਸਰਕਾਰਾਂ ਜੋ ਆਈਆਂ ਜੋ ਇਸ ਵੇਲੇ ਵਿਰਾਜਮਾਨ ਨੇ ਬਾਟੇ 'ਚ ਚਾਹ ਪੀਂਦੇ ਆ, ਸਰਕਾਰ ਪੀ ਰਹੇ ਆ। ਕਿਉਂ? ਕਿਉਂਕਿ ਇਹ ਉਹਦੇ ਦਰਬਾਰ ਦੇ ਕੁੱਤੇ ਆ, ਉਹਦੇ ਦਰਬਾਰ ਦੇ ਦਰਵੇਸ਼ ਆ ਬਾਬਿਓ। ਅਸੀਂ ਘਰਾਂ 'ਚ ਦਰਵੇਸ਼ ਰੱਖਦੇ ਹਾਂ, ਉਹਨੂੰ ਖੁੱਲ੍ਹੇ ਭਾਂਡੇ 'ਚ ਪਾਉਂਦੇ ਹਾਂ, ਇਹ ਉਹਦੇ ਦਰ ਦੇ ਨੌਕਰ, ਉਹਦੀ ਕਚਹਿਰੀ ਦੇ ਕੁੱਤੇ ਆ ਬਾਬਿਓ। ਪਰ ਯਾਦ ਰੱਖਿਓ, ਇਨਸਾਨ ਤੋਂ ਵੱਡਾ ਵਫ਼ਾਦਾਰ ਹੁੰਦਾ ਦਰਵੇਸ਼। ਕਿਸੇ ਨੂੰ ਘਰ ਨਹੀਂ ਵੜਨ ਦਿੰਦਾ ਬਿਨਾਂ ਮਾਲਕ ਤੋਂ, ਇਹ ਉਹ ਨੇ ਇਹਦੇ ਉਹਦੇ ਵਫ਼ਾਦਾਰ ਨੇ। ਸਾਡੇ ਵਰਗਿਆਂ ਲਈ ਕਮਾਉਣਾ ਔਖਾ, ਇਹ ਉਹ ਨੇ ਜਿਹੜੇ ਦਰਵੇਸ਼ ਇਮਾਨ ਦੇ ਪੱਕੇ ਆ। 100 ਜੁੱਤੀਆਂ ਵੀ ਕੋਈ ਮਾਰੇ ਤਾਂ ਵੀ ਇਹਨਾਂ ਦੇ ਜ਼ਬਾਨ 'ਚੋਂ ਪਤਾ ਕੀ ਨਿਕਲਦਾ, ਜਾ ਹੋਵੇ ਤੇਰਾ ਪਤਾ ਹੋਵੇ, ਇਹ ਉਹ ਨੇ। ਇੱਕ ਵਾਰੀ ਤਾੜੀ ਮਾਰੋ ਸਾਈਂ ਜੁਵਰਾਜ ਸ਼ਾਹ ਦੇ ਨਾਲ। ਇਹ ਗੱਲਾਂ ਤੁਹਾਨੂੰ ਕਿਤਾਬਾਂ 'ਚ ਨਹੀਂ ਮਿਲਣੀਆਂ, ਨਹੀਂ ਮਿਲਣੀਆਂ ਬਾਬਿਓ। ਇਹ ਪਤਾ ਕੌਣ ਨੇ? ਸੁਣਿਓ, ਇਹਨਾਂ ਸਰਕਾਰਾਂ ਦੇ ਦਰਬਾਰ 'ਤੇ ਇੱਕ ਮਹੰਤ ਆ ਗਿਆ, ਜਿਹੜੇ ਘਰ 'ਚ ਵਧਾਈ ਲੈਣ ਆਉਂਦੇ ਆ, ਸਰਕਾਰ ਦੇ ਅੱਗੇ ਆ ਕੇ ਦੁਆ ਫਰਿਆਦ ਕੀਤੀ, ਸੱਚੇ ਪਾਤਸ਼ਾਹ ਮੈਂ ਕੁਝ ਸੇਵਾ ਕਰਨੀ ਆ, ਮੈਂ ਕੁਝ ਸੇਵਾ ਕਰਨੀ ਆ। ਸਰਕਾਰਾਂ ਨੇ ਫਰਮਾਨ ਕੀਤਾ, ਜਾ ਕਰ ਲੈ। 12 ਸਾਲ ਦਰ ਤੇ ਸੇਵਾ ਕੀਤੀ, ਝਾੜੂ ਲਾਇਆ 12 ਸਾਲ। 12 ਸਾਲ ਬਾਅਦ ਸਰਕਾਰ ਨੇ ਫਰਮਾਨ ਕੀਤਾ, ਓਏ ਤੈਨੂੰ 12 ਸਾਲ ਹੋ ਗਿਆ, ਹੁਣ ਤਾਂ ਕੁਝ ਮੰਗ ਲੈ। ਕਹਿੰਦੇ ਸਰਕਾਰ ਮੰਗ ਲੈ, ਜਾ ਮੰਗ ਲੈ। ਕਹਿੰਦੇ ਜੀ ਕੁਝ ਹੋਰ ਸੇਵਾ ਕਰਨੀ ਆ। ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪੱਗ ਡੋਰੀਆਂ। ਦੇਖੋ ਕਿਵੇਂ ਫਕੀਰ ਨੂੰ, ਕਿਵੇਂ ਉਸ ਪੀਰ ਨੂੰ ਆਪਣੀ ਜਾਲ 'ਚ ਫਸਾਇਆ, ਤੇ ਫਿਰ ਕਦੇ ਖਾਲੀ ਨਹੀਂ ਮੋੜਦਾ ਜੇ ਮਿਹਰਬਾਨ ਹੋ ਜਾਵੇ। ਕਹਿੰਦੇ ਜੀ ਮੈਂ ਕੁਝ ਹੋਰ ਸੇਵਾ ਕਰਨੀ ਆ। ਮੁਰਸ਼ਦੇ ਕਾਮਲ ਕਹਿੰਦੇ ਜਾ ਕਰ ਲੈ। 12 ਸਾਲ ਫਿਰ ਦਰ ਤੇ ਝਾੜੂ ਲਾਇਆ ਸੱਚੀ ਸਰਕਾਰ। 24 ਸਾਲ ਬਾਅਦ ਕਹਿੰਦੇ ਓਏ ਜੇ ਹੁਣ ਵੀ ਕੋਈ ਦਿਲ 'ਚ ਖੁਆਇਸ਼ ਹੈ ਆ ਮੰਗ ਲੈ। ਕਹਿੰਦੇ ਸਰਕਾਰ ਮੰਗ ਲਾ। ਕਹਿੰਦੇ ਮੰਗ ਲੈ। ਕਹਿੰਦੇ ਜੇ ਮਿਹਰਬਾਨ ਹੋਏ ਹੋ, ਜੇ ਮੇਰੇ ਤੇ ਇੰਨਾ ਹੀ ਪਿਆਰ ਜਤਾਉਂਦੇ ਹੋ, ਜੇ ਮੇਰੀ ਸੇਵਾ ਦਾ ਤੁਸੀਂ ਫਲ ਦੇਣਾ ਹੈ, ਮੇਰੇ ਘਰ ਇੱਕ ਲੜਕਾ ਪੈਦਾ ਹੋਵੇ। ਹੈ ਸੱਚੀ ਸਰਕਾਰ ਸੋਚਾਂ ਵਿੱਚ ਪੈ ਗਏ, ਚਿੰਤਾ ਵਿੱਚ ਪੈ ਗਏ। ਨਾ ਇਹ ਔਰਤ ਹੈ ਨਾ ਮਰਦ ਹੈ, ਨਾ ਇਹ ਔਰਤ ਹੈ ਨਾ ਮਰਦ ਹੈ, ਇਹਨੇ ਮੰਗ ਲਿਆ ਕਿ ਮੈਨੂੰ ਲੜਕਾ ਪੈਦਾ ਹੋਵੇ। ਤਾਂ ਨੂੰ ਵੇਖ ਕੇ ਸੋਚਣ ਲੱਗ ਗਏ। ਜਦੋਂ ਤਾਂ ਨੂੰ ਵੇਖਿਆ, ਉੱਪਰੋਂ ਹਾਸੇ ਦੀ ਆਵਾਜ਼ ਆਈ, ਹੱਸਿਆ ਕਿਹਨੇ? ਮੀਆਂ ਸ਼ਾਹ ਮਦਰ। ਸਰਕਾਰ ਤਾਂ ਨੂੰ ਦੇਖ ਕੇ ਕਹਿੰਦੇ ਓਏ ਤੁਸੀਂ ਕਿਉਂ ਹੱਸੇ? ਕਹਿੰਦੇ ਜਨਾਬ ਇਹ ਉਹਨਾਂ ਵਲੀਆਂ ਦਾ
ਉਹਨਾਂ ਘਰਾਣੇਦਾਰਿਆਂ ਦਾ ਦਰਬਾਰ ਹੈ। ਇਹੋ ਜੇ ਰੱਬੀ ਰੂਹ ਕੋਲੋਂ 24 ਸਾਲ ਸੇਵਾ ਕਰਵਾ ਕੇ ਜੇ ਖਾਲੀ ਮੋੜ ਦਿੱਤਾ ਨਾ, ਇਹਨਾਂ ਪੀਰਾਂ 'ਤੇ ਕਿਸੇ ਨੇ ਯਕੀਨ ਨਹੀਂ ਕਰਨਾ। ਸਰਕਾਰ ਕਹਿੰਦਾ ਇਹ ਗੱਲ ਹੈ, ਹਾਂ ਇਹ ਗੱਲ ਹੈ। ਮੁਰਸ਼ਦ ਕਾਮਲ ਨੇ ਜਲਾਲਤ ਵਿੱਚ ਆ ਕੇ ਇੱਕ ਹੈਦਰੀ ਨਾਰਾ ਮਾਰਿਆ, ਜਾ ਕੇ ਕਹਿੰਦੇ ਜਾ ਤੇਰੇ ਘਰ ਵੀ ਪੁੱਤਰ ਪੈਦਾ ਹੋਊ। ਹਰ ਪੀਰ ਫਕੀਰ ਨੇ ਮਾਵਾਂ ਨੂੰ ਔਲਾਦ ਬਖਸ਼ੀ ਆ, ਇਹਨਾਂ ਸੱਚੀ ਸਰਕਾਰਾਂ ਨੇ ਮਹੰਤਾਂ ਨੂੰ ਵੀ ਸੰਤਾਨ ਬਖਸ਼ ਦਿੱਤੀ। ਕਿਉਂ? ਕਿਉਂਕਿ ਜਿਹਦੇ ਕੋਲੋਂ ਇੱਕ ਵਾਰੀ ਸੇਵਾ ਕਰਵਾ ਲਈ ਉਹਨੂੰ ਮੋੜਦੇ ਨਹੀਂ। ਜੇ ਉਹਨੂੰ ਲਾਲ ਦੇ ਸਕਦੇ ਆ ਤੁਸੀਂ ਜੀਵਦੀਆਂ ਜਾਗਦੀਆਂ ਰੂਹਾਂ, ਫਿਰ ਤੁਹਾਨੂੰ ਖਾਲੀ ਕਿਵੇਂ ਮੋੜ ਸਕਦੇ ਆ? ਹੈ ਕੋਈ ਲੱਖ ਦਾਤਾ, ਕੋਈ ਸੱਚੀ ਸਰਵਰ, ਕੋਈ ਲੱਖ ਦਾਤਾ, ਕੋਈ ਸੱਚੀ ਸਰਵਰ ਤੇ ਪੀਰਾ ਕਹਿਣਗੇ ਕੋਈ ਸੁਲਤਾਨ ਤੈਨੂੰ ਅੱਜ ਜੋ ਮੈਨੂੰ ਲਾਲ ਬਖਸ਼ਿਆ ਤੇ ਲਾਲਾ ਵਾਲਾ ਕਹੂੰਗਾ ਜਹਾਨ ਤੇ।